ਪਿਓ ਦਾ ਆਵੇਗਾ ਤੂੰ ਦੱਸ ਕੇ ਆਏਗਾ ਵੀ ਇੱਥੇ ਮੈਂ ਆਉਣਾ ਵਾ ਤੇ ਆਪਦਾ ਤੂੰ ਆਪਦਾ ਕਰ। ਕੱਲ ਇੱਕ ਵੀਡੀਓ ਰਾਹੀਂ ਹਰਸ ਜਗਰਾਓ ਨੇ ਰਫਤਾਰ ਰਾਏ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ। ਇਹ ਵੀ ਕਿਹਾ ਕਿ ਰਫਤਾਰ ਰਾਏ ਜਿਹੜਾ ਕਿ ਦਾਰੂ ਫੁੱਲ ਪੀਂਦਾ ਗਾ, ਤੇ ਉੱਥੇ ਆਪਾਂ ਤੋਂ ਦੱਸਦੇ ਕਿ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਹੁਣ ਰਫਤਾਰ ਰਾਏ ਨੇ ਵੀ ਚੁੱਪ ਤੋੜੀ ਆ ਗਈ। ਹੁਣੇ ਹੁਣੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕੀਤੀ ਆ ਜਿਹਦੇ ਵਿੱਚ ਰਫਤਾਰ ਰਾਏ ਦੇਖਦਾ ਪਿਆ ਕਿ ਇੱਕ ਪੱਖ ਸੁਣ ਕੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਕੋਈ ਗੱਲ ਨਹੀਂ, ਬਾਕੀ ਜਲਦੀ ਮੈਂ ਆਪਦਾ ਪੱਖ ਰੱਖੂੰਗਾ, ਫਿਰ ਦੱਸਿਓ ਕੌਣ ਸਹੀ ਆ ਕੌਣ ਗਲਤ ਆ, ਹਜੇ ਬੋਲ ਲੈਣ ਦੋ ਉਹਨਾਂ ਨੂੰ। ਇਹ ਰਫਤਾਰ ਰਾਏ ਦਾ ਕਹਿਣਾ ਕਿ ਮੈਂ ਜਲਦ ਹੀ ਆਪਣਾ ਇੱਕ ਵੱਡਾ ਪੱਖ ਰੱਖੂੰਗਾ, ਤੇ ਨਾਲ ਦੀ ਨਾਲ ਹਰਸ ਜਗਰਾਓ ਦੇ ਉੱਪਰ ਇਹ ਵੀ ਇਲਜ਼ਾਮ ਲੱਗੇ ਨੇ ਕਿ ਹਰਸ ਜਗਰਾਓ ਨੇ 50,000 ਰੁਪਇਆ ਦੇਣਾ ਗਾ ਰਫਤਾਰ ਰਾਏ ਦਾ। ਇਹ ਵੀ ਸਟੋਰੀ ਸਾਂਝੀ ਕੀਤੀ ਹੈਗੀ ਹਰਸ ਜਗਰਾਓ ਨੇ, ਜਿਹਦੇ ਵਿੱਚ ਉਹ ਲਿਖਦਾ ਪਿਆ ਕਿ ਇਲਜ਼ਾਮ ਤਾਂ ਦੇਖੋ ਸਾਡੇ ਤੇ ਕੌਣ ਲਾ ਰਿਹਾ ਗਾ ਕਿ ਪੈਸੇ ਖਾਧੇ ਨੇ। ਹਰਸ ਜਗਰਾਓ ਨੇ ਪਿੱਛੇ ਹਾਸੀ ਵਾਲਾ ਇਮੋਜੀ ਲਾਇਆ ਹੋਇਆ। ਹੁਣ ਜਲਦੀ ਹੀ ਰਫਤਾਰ ਰਾਏ ਆਪਣਾ ਪੱਖ ਰੱਖੂਗਾ, ਦੇਖਦੇ ਹਾਂ ਕੀ ਕਹਿੰਦਾ ਹੈਗਾ ਰਫਤਾਰ ਰਾਏ। ਬਾਕੀ ਤੁਹਾਨੂੰ ਕੌਣ ਸਹੀ ਕੌਣ ਗਲਤ ਲੱਗਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਸਾਂਝੇ ਕਰਕੇ ਜਾਇਓ। ਬਾਕੀ ਮਿਲਦੇ ਆਪਾਂ ਕਿਸੇ ਹੋਰ ਅਪਡੇਟ ਰਾਹੀਂ, ਰੱਬ ਰਾਖਾ। ਜੇ ਤੂੰ ਇੱਕ ਪਿਓ ਦਾ ਵਾ ਇੱਕ ਦੱਸ ਕੇ ਯਾਰ ਮੈਂ ਦੱਸ ਕੇ ਆ, ਜੇ ਤੇਰੀ ਹੁਣ ਮਾਂ ਦਾ ਦੁੱਧ ਪੀਤਾ ਬਾਈ ਤੂੰ ਦੱਸ ਕੇ ਆ, ਜੇ ਯਾਰੀ ਵਿੱਚ ਲੜ ਦੇਣ ਜੇ ਦੀ ਬਾਈ ਉਹਦੇ ਤੇ ਦਮ ਹੁੰਦਾ ਨਾ। ਇਹ ਬੰਦਾ ਜੋ ਅਸੀਂ ਉੱਥੇ ਜੋ ਇਹ ਕਹਿੰਦਾ ਵੀ ਮੇਰੀ ਪੱਗ ਲਾ ਤੀ ਜਹਾਲ ਕਿ ਅਸੀਂ ਕੁਛ ਕੀਤਾ ਵੀ ਨੀ, ਇਹ ਬੰਦਾ ਉੱਥੇ ਵੇਂਦੇ ਮੇਰਾ ਗਲਮਾ ਫੜਿਆ ਇਹਦੇ ਹੱਥ 'ਚ ਇੱਟ ਸੀ ਜਿਹਦੀ ਏਡੀ ਕਾਲ ਹੁੰਦੀ, ਮੇਰੇ ਇਕੱਲੇ ਨਾਲ ਇਕੱਲਾ ਦੇਖਣਾ ਹੁੰਦਾ ਉੱਥੇ ਮੇਰੇ ਇੱਟ ਮਾਰ ਕੇ ਮੈਂ ਤਾਂ ਅੱਜ ਵੀ ਕਹਿੰਦਾ ਬਾਈ ਜੇ ਤੂੰ ਜਦੋਂ ਵੀ ਦੱਸ ਕੇ ਆਈ ਜਨਾਨੀ ਵਾਲੇ ਕੰਮ ਕਰਨਾ ਮੈਂ ਤੂੰ ਕਰ ਲਾ ਠੀਕ ਆ, ਪਰ ਮੈਂ ਕਿਹਾ ਜੇ ਤੂੰ ਮੈਂ ਕਿਹਾ ਇੱਕ ਪਿਓ ਦਾ ਹੋਏਗਾ ਤੂੰ ਦੱਸ ਕੇ ਆਏਗਾ ਵੀ ਇੱਥੇ ਮੈਂ ਆਉਣਾ ਵਾ ਤੇ ਆਪਦਾ ਤੂੰ ਆਪਦਾ ਕਰ।